ਗੁੱਚੀ ਵਾਲੇ ਸੱਪਾਂ ਨੂੰ ਪਟਾਰੀ ਜੱਟ ਪਾਉਂਦਾ ਬਿੱਲੋ ਉੜੇ ਅਸਮਾਨੀ ਜਿਹੜਾ ਹੱਥ ਫੜ ਲਾਉਂਦਾ ਬਿੱਲੋ ਗੱਭਰੂ ਦੇ ਥੱਲੇ ਕਾਲੀ ਬੈਂਜ ਫਿਰੇ ਭੂਸਰੀ ਨੀ ਢਾਈ ਘੰਟੇ ਹਾਂ ਚ ਚੰਡੀਗੜ੍ਹੋਂ ਦਿੱਲੀ ਲਾਉਂਦਾ ਬਿੱਲੋ ਕਾਮਨ ਫਰੈਂਡਸ ਦੇ ਥਰੂ ਭਾਜੀ ਨਾਲ ਮਿਲੇ ਉਦੋਂ ਮੈਂ ਉਹਨਾਂ ਨੂੰ ਗਾਣੇ ਸੁਣਾਏ ਕਾਫੀ ਤੇ ਉਹ ਉਹਨਾਂ ਨੂੰ ਇਹ ਪਸੰਦ ਆਇਆ ਤੇ ਫਿਰ ਭਾਜੀ ਕਹਿੰਦੇ ਗਾਣਾ ਕਰਦੇ ਆ ਬਾਕੀ ਹਿਸਟਰੀ ਆ ਭਾਜੀ ਤਾਂ ਨਾ ਤਾਂ ਮੈਂ ਇਮੀਗ੍ਰੇਸ਼ਨ ਦਾ ਬਿਜ਼ਨਸ ਪੈਸੇ ਲਈ ਕਰ ਰਿਹਾ ਨਾ ਮੈਂ ਇਹ 뮤직 ਇੰਡਸਟਰੀ ਦੇ ਵਿੱਚ ਇਹ ਸੋਚ ਕੇ ਆਇਆ ਕਿ ਮੈਂ ਇੱਕ ਗਾਣਾ ਹਿੱਟ ਕਰਨਾ ਤੇ ਕਰੋੜਾ ਕਮਾ ਲੈਣੇ ਨੇ ਕਿਉਂਕਿ ਲੀਓ ਭਾਜੀ ਨੇ ਪਹਿਲਾਂ ਹੀ ਕਿਹਾ ਸੀ ਕਿ ਆਪਾਂ ਲੋਕਾਂ ਵਾਂਗ ਨਹੀਂ ਕਰਨਾ ਵੀ ਆਪਾਂ ਦਿਖਾਉਣਾ ਨਹੀਂ ਵੀ ਅਸੀਂ ਬਹੁਤ ਵੱਡੇ ਆ ਅਸੀਂ ਪਿਆਰ ਲੈਣਾ ਲੋਕਾਂ ਦਾ ਨਾ ਕਿ 20 ਮਿਲੀਅਨ ਜਾਂ 10 ਮਿਲੀਅਨ ਪਹਿਲੇ ਦਿਨ ਤੋਂ ਗਾਣਾ ਕਿ ਜਿਹੜਾ ਆਰਟਿਸਟਿਕ ਜਾਂ ਲੈ ਲਓ ਜਾਂ ਜਿਹੜਾ ਇਹ 뮤직 ਆ ਇਹਨਾਂ ਪਲਾਸਟਿਕ ਦਾ ਕੀੜਾ ਹੁੰਦਾ ਇਹ ਜਿਹਦੇ ਅੰਦਰ ਚਲੇ ਜਾਂਦਾ ਨਾ ਇਹ ਮਰਦਾ ਨਹੀਂ ਪੂਰੀ ਜ਼ਿੰਦਗੀ ਨਹੀਂ ਮਰਦਾ ਬੰਦਾ ਮਰ ਜਾਂਦਾ ਬਟ ਇਹ ਕੀੜਾ ਨਹੀਂ ਉਹਦੇ ਅੰਦਰ ਮਰਦਾ ਸਭ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਉੱਪਰ ਅਤੇ ਅੱਜ ਦੀ ਮੁਲਾਕਾਤ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਆਪਾਂ ਅਜਿਹੀਆਂ ਪਰਸਨੈਲਿਟੀਜ਼ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਹੜੇ ਕਿ ਸਾਡੇ ਫਿਲਮ ਇੰਡਸਟਰੀ 뮤직 ਇੰਡਸਟਰੀ ਦੇ ਨਾਲ ਤਾਂ ਤਾਲੁਕ ਰੱਖਦੇ ਆ ਉਸ ਤੋਂ ਇਲਾਵਾ ਵੀ ਇੱਕ ਸਕਸੈਸਫੁੱਲ ਬਿਜ਼ਨਸਮੈਨ ਦੇ ਵਜੋਂ ਸਾਡੀ ਸੁਸਾਇਟੀ ਵਿੱਚ ਜਾਣੇ ਜਾਂਦੇ ਆ ਮੈਂ ਗੱਲ ਕਰ ਰਿਹਾ ਸਵਰਨ ਸਿੰਘ ਸੰਧੂ ਜੀ ਦੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਨਾਲ ਆ ਸਾਡਾ ਵੱਡਾ ਵੀਰ ਲੀਓ ਗਰੇਵਾਲ ਜਿਹਨਾਂ ਦਾ ਕੱਲ੍ਹ ਟਰੈਕ ਰਿਲੀਜ਼ ਹੋਇਆ ਅਤੇ ਉਹ 11 ਲੱਖ ਦੇ ਉੱਪਰ ਹੁਣ ਜਾ ਚੁੱਕਾ ਆ ਜਿੰਨਾ ਕੁ ਮੈਨੂੰ ਲੱਗਦਾ ਗੁੱਚੀ ਦੀ ਐਨਕਾਂ ਦਾ ਰੇਟ ਆ ਉਨੇ ਕੁ ਵਿਊ ਭਾਅ ਜੀ ਦੇ ਹੋ ਚੁੱਕੇ ਆ ਬਿਲਕੁਲ ਠੀਕ ਠਾਕ ਭਾਅ ਜੀ ਬਿਲਕੁਲ ਠੀਕ ਠਾਕ ਪਹਿਲਾ ਸਵਾਲ ਤਾਂ ਪੁੱਛਣਾ ਚਾਹੁੰਦਾ ਵੀ ਤੁਸੀਂ ਦਿੱਲੀ ਕਿੰਨੇ ਕੁ ਵਜੇ ਜਾਂਦੇ ਹਾਂ ਅਤੇ ਕਿਹੜੀ ਗੱਡੀ 'ਚ ਜਾਂਦੇ ਹਾਂ ਵੇਰਾ ਤੁਸੀਂ 2.5 ਘੰਟੇ ਪਹੁੰਚ ਜਾਂਦੇ ਹਾਂ ਅਤੇ ਕੀ ਖਾ ਕੇ ਜਾਂਦੇ ਹਾਂ ਬਸ ਭਾਈ ਆਪਣਾ ਸਵਾਦ ਲੈਂਦੇ ਜਾਂਦੇ ਹਾਂ ਨਜ਼ਾਰਾ ਲੈਂਦੇ ਜਾਂਦੇ ਹਾਂ ਗਾਣੇ ਸੁਣਦੇ ਜਾਂਦੇ ਹੁੰਦੇ ਹਾਂ ਬਸ ਉਹੀ ਇੱਕ ਇਹ ਵੀ ਗਾਣੇ ਦਾ ਜਿਹੜਾ ਮੇਨ ਤੁਹਾਡੀ ਗੱਲ 'ਚੋਂ ਹੀ ਗੱਲ ਕੱਢ ਲੈਂਦੇ ਹਾਂ ਵੀ ਇਹ ਗਾਣਾ ਬਣਿਆ ਵੀ ਤਾਂ ਹੀ ਸੀ ਇਹ ਚਲੋ 2.5 ਘੰਟੇ ਇੱਕ ਬੰਦਾ ਇਮੈਜਨਰੀ ਉਹ ਜੋੜ ਲੈਂਦਾ ਵੀ ਐਂਟਰਟੇਨਮੈਂਟ ਦਾ ਸਾਧਨ ਪਰ ਵੀ ਇਹ ਆਪਣੇ ਐਕਸਪੀਰੀਅੰਸ 'ਚ ਵੀ ਲਿਖਿਆ ਹੋਇਆ ਗਾਣਾ ਅਸੀਂ ਇਸ ਗੱਲ ਕੇ ਹੈਰਾਨ ਹੋ ਗਏ ਅਸੀਂ ਸਾਡਾ ਦਿੱਲੀ ਚੱਕਰ ਲੱਗਦਾ ਰਹਿੰਦਾ ਵੀ ਉਹ ਟ੍ਰੈਫਿਕ ਹੀ ਬਹੁਤ ਹੁੰਦਾ ਜੀ 2.5 ਘੰਟੇ ਦਾ ਕਰਨਾਲ ਵਿੱਚ ਟੱਪ ਹੁੰਦਾ ਬਾਈ ਹੁਣੇ ਕੱਚ ਜਾਂਦੇ ਮੈਂ ਕਿਹਾ ਬਾਈ ਉਹਨਾਂ ਦਾ ਪੁੱਛਾਂਗੇ ਨਹੀਂ ਇਮੈਜੀਨੇਟਿਵ ਸਰ ਕੀ ਹਾਲ ਚਾਲ ਬਹੁਤ ਵਧੀਆ ਭਾਅ ਜੀ ਬਹੁਤ ਵਧੀਆ ਕਿਰਪਾ ਜੀ ਪਰਮਾਤਮਾ ਮਤਲਬ ਜੇ ਆਪਾਂ ਐਜ ਏ ਜੋਕ ਪਾਰਟੀ ਗੱਲ ਕਰ ਲੈਂਦੇ ਮਤਲਬ ਆਪਾਂ ਉਸ ਵਾਸਤੇ ਨਹੀਂ ਆਉਣਾ ਹੈਗਾ ਵੀ ਆਪਾਂ ਇਮੀਗ੍ਰੇਸ਼ਨ ਵਾਲੇ ਕੰਮ ਦੇ ਵਿੱਚ ਪੈਸਾ ਸਰ ਹੁਣ ਕੋ ਆ ਗਿਆ ਤਾਂ ਸਰ ਹੁਣ ਕਹਿੰਦੇ ਵੀ ਕਿਸੇ ਹੋਰ ਪਾਸੇ ਵੀ ਇਨਵੈਸਟ ਕਰਨਾ ਇਸ ਲਾਈਨ 'ਚ ਪਹਿਲਾਂ ਤੋਂ ਆਵਾਂ ਮੈਂ 98 ਦੇ ਵਿੱਚ ਐਜ਼ ਆ ਮਾਡਲ ਕੰਮ ਕਰਦਾ ਸੀ ਮੈਂ ਮੇਰੇ ਇੱਕ ਫਰੈਂਡ ਨੇ ਕੰਪਨੀ ਖੋਲ੍ਹੀ ਸੀ ਖੰਨੇ ਸੋ ਆਪਾਂ ਬਹੁਤ ਸਾਲਾਂ ਤੋਂ ਐਜ਼ ਆ ਐਗਜ਼ੀਕਟਿਵ ਪ੍ਰੋਡਿਊਸਰ ਆਲਰੇਡੀ ਕੰਮ ਕਰ ਰਹੇ ਹਾਂ ਮੇਰੀਆਂ 12 ਹੋਰ ਵੀ ਕੰਪਨੀਆਂ ਨੇ ਭਾਅ ਜੀ ਸੋ ਇਮੀਗ੍ਰੇਸ਼ਨ 'ਤੇ ਇੱਕ ਚਲੋ ਅਲੱਗ ਚੀਜ਼ ਆ ਔਰ ਮਹਾਰਾਜ ਦੀ ਕਿਰਪਾ ਨਾਲ ਆਪਾਂ ਉਹਦੇ 'ਚ ਵੀ ਪੈਸਾ ਨਹੀਂ ਕਮਾਇਆ ਉਹਦੇ 'ਚ ਵੀ ਇੱਜ਼ਤ ਕਮਾਈ ਆ ਜੀ ਨਹੀਂ ਬਿਲਕੁਲ ਕਮਾਈ ਆ ਦੇਖੋ PTC ਅਵਾਰਡ ਸ਼ੋਅਜ਼ ਦੇ ਵਿੱਚ ਜੇ ਤੁਹਾਨੂੰ ਬੁਲਾਇਆ ਜਾਂਦਾ ਤੁਸੀਂ ਫਰੰਟ ਰੋ 'ਚ ਬੈਠਦੇ ਆ ਜੇ ਇਹਦਾ ਮਤਲਬ ਤੁਸੀਂ ਇੱਜ਼ਤ ਕਮਾਈ ਆ ਚਲੋ ਪੈਸਾ ਵੀ ਕਮਾਉਣਾ ਜ਼ਰੂਰੀ ਆ ਉਹ ਵੀ ਰੁਜ਼ਗਾਰ ਆ ਘਰ ਬਾਰ ਚਲਾਉਣਾ ਬਟ ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਵੀ ਇਸ ਫੀਲਡ ਦੇ ਵਿੱਚ ਬਹੁਤ ਗਿਣੇ ਚੁਣੇ ਨਾਮ ਆ ਅਤੇ ਜਸਵੰਤ ਸਿੰਘ ਸੰਧੂ ਨਾਮ ਪਹਿਲਿਆਂ ਨਾਵਾਂ ਦੇ ਵਿੱਚ ਖੜਾ ਨਜ਼ਰ ਜ਼ਰੂਰ ਆਉਂਦਾ ਸਰ ਹਾਂਜੀ ਭਾਅ ਜੀ ਕਿਉਂਕਿ ਮੈਂ ਬਿਲਕੁਲ ਬਲੰਟ ਬੋਲਦਾ ਜੀ ਯੂਟਿਊਬ 'ਤੇ ਮੇਰੇ 300 ਤੋਂ ਵੱਧ ਸ਼ੋਜ਼ ਨੇ ਜੀ ਇੱਕ ਵੀ ਮੈਂ ਇਮੀਗ੍ਰੇਸ਼ਨ ਸ਼ੋਅ 'ਚ ਇਹ ਨਹੀਂ ਕਿਹਾ ਕਿ ਮੇਰੇ ਕੋਲ ਆਓ ਮੈਂ ਵਧੀਆ ਆਵਾਂ ਜਾਂ ਮੈਂ ਬਹੁਤ ਵਧੀਆ ਆਵਾਂ ਸੋ ਸੇਮ ਵੇ ਅਸੀਂ ਜਿਹੜਾ ਇਹ ਫਿਲਮ ਪ੍ਰੋਡਕਸ਼ਨ ਦਾ ਚਲਾ ਰਹੇ ਹਾਂ ਜੀ ਅਤੇ ਲੀਓ ਭਾਅ ਜੀ ਅਸੀਂ ਭਰਾ ਵਾਂ ਜੀ ਬੇਸਿਕਲੀ ਗੁਰਭਾਈ ਵੀ ਹਾਂ ਅਸੀਂ ਇਕੱਠੇ ਨਾਨਕ ਸਰ ਜਾਂਦੇ ਹਾਂ ਸੋ ਅਸੀਂ ਦੋਸਤ ਵੀ ਹਾਂ ਸੋ ਬਹੁਤ ਦੇਰ ਤੋਂ ਮੈਂ ਭਾਅ ਜੀ ਉਹਨਾਂ ਨੂੰ ਕਹਿ ਰਿਹਾ ਸੀਗਾ ਮਤਲਬ ਮੈਨੂੰ ਆਲਮੋਸਟ ਸਾਨੂੰ 3 ਕੁ ਸਾਲ ਲੱਗ ਗਏ ਭਾਅ ਜੀ ਨੂੰ ਮਨਾਉਂਦੇ ਕਿ ਤੁਸੀਂ ਆਓ ਵਾਪਸ ਔਰ ਕਿਉਂਕਿ ਇਹ ਇੱਕ ਸਟਾਰ ਨੇ ਮੈਂ ਹਮੇਸ਼ਾ ਕਹਿੰਦਾ ਕਿ ਇੱਕ ਬਹੁਤ ਹੀ ਬਹੁਮੁੱਲਾ ਕੀਮਤੀ ਹੀਰਾ ਸੀਗਾ ਜਿਹੜਾ ਕਿ ਇੱਕ ਕੱਪੜਿਆਂ ਦੇ ਵਿੱਚ ਮੈਂ ਕਹਿੰਦਾ ਨਾ ਢੱਕ ਕੇ ਪਿੱਛੇ ਰੱਖਿਆ ਅਤੇ ਬੜਾ ਜ਼ੋਰ ਲੱਗ ਗਿਆ ਉਹ ਕੀਮਤੀ ਹੀਰੇ ਨੂੰ ਕੱਢ ਕੇ ਵਾਪਸ ਲਿਆਉਣ ਲਈ ਸੋ ਕਮਬੈਕ ਹੋਇਆ ਭਾਅ ਜੀ ਉਹਨਾਂ ਦਾ ਗੁੱਚੀ ਸਨੇਕਸ ਗਾਣੇ ਦੇ ਨਾਲ ਬਹੁਤ ਵਧੀਆ ਲਿਖਿਆ ਭਾਅ ਜੀ ਨੇ ਬਹੁਤ ਵਧੀਆ ਗਾਇਆ ਗਾਣਾ ਸੋ ਉਮੀਦ ਕਰਦੇ ਹਾਂ ਲੋਕਾਂ ਨੂੰ ਪਸੰਦ ਆਊਗਾ ਜੀ ਅਤੇ ਭਾਅ ਜੀ ਕਿਉਂ ਹੀਰਾ ਲੁੱਕ ਕਿਉਂ ਗਿਆ ਸੀਗਾ ਅੱਜ ਵੀ ਜੇ ਚੈੱਕ ਕਰੀਏ ਤਾਂ ਤੁਹਾਡੇ ਬ੍ਰੇਕਅਪ ਪਾਰਟੀ ਸੌਂਗ 100 ਮਿਲੀਅਨ ਤੋਂ ਉੱਪਰ ਆ 100 ਮਿਲੀਅਨ ਪਤਾ ਨਹੀਂ ਕਿੰਨੇ ਬਣ ਜਾਂਦਾ ਜੀ ਬਸ ਭਾਅ ਜੀ ਇਹਨੂੰ ਪਲੱਸ ਪੁਆਇੰਟ ਹੀ ਲਾ ਕੇ ਚੱਲਦਾ ਮੈਂ ਜੇ ਮੇਰਾ 3 ਕੁ ਸਾਲ ਦਾ ਗੈਪ ਪੈ ਗਿਆ ਉਸ ਗੈਪ 'ਚ ਮੈਂ ਆਪਣੇ ਆਪ ਨੂੰ ਸ਼ਿੰਗਾਰਾ ਹੀ ਆ ਚਾਹੇ ਉਹ ਲਿਰਿਕਲੀ ਲਾ ਲਓ ਮਿਊਜ਼ਿਕ ਵਾਈਜ਼ ਮੈਂ ਸਿੱਖਿਆ ਬਹੁਤ ਆ ਭਾਅ ਜੀ ਮੈਂ ਸਿੱਖਦਾ ਹੀ ਰਹਿੰਦਾ ਹਜੇ ਵੀ ਸਿੱਖਦਾ ਹੀ ਰਹਿੰਦਾ ਭਾਅ ਜੀ ਮੈਂ ਪਰ ਇਹ ਆਪਣੀ ਇੰਡਸਟਰੀ 'ਚ ਇਹ ਚੀਜ਼ ਹੈਗੀ ਆ ਵੀ ਅੱਜ ਦੇ ਟਾਈਮ 'ਚ ਜਿੱਡਾ ਮਰਜ਼ੀ ਵੱਡਾ ਨਾ ਆ ਜੇ ਤੁਸੀਂ ਮਾਰਕੀਟ 'ਚ ਨਹੀਂ ਬਣੇ ਰਹਿੰਦੇ ਤੁਹਾਨੂੰ ਲੋਕ ਭੁੱਲ ਜਾਂਦੇ ਕਿਉਂਕਿ ਹੁਣ ਬਹੁਤ ਜ਼ਿਆਦਾ ਕੰਪੀਟੀਸ਼ਨ ਹੋ ਗਿਆ ਪਰ ਇਸ ਚੀਜ਼ ਮੈਂ ਬਲੈਸਡ ਮੰਨਦਾ ਆਪਦੇ ਆਪ ਨੂੰ ਤੁਸੀਂ ਲਾ ਲਓ ਵੀ 3 ਸਾਲ ਦੇ ਗੈਪ ਦੇ ਬਾਵਜੂਦ ਵੀ ਮੈਨੂੰ ਰੋਜ਼ ਮੈਸੇਜਸ ਆਉਂਦੇ ਰਹੇ ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਅਤੇ ਜਦੋਂ ਅੱਜ ਮੈਂ ਗਾਣਾ ਰਿਲੀਜ਼ ਵੀ ਕੀਤਾ ਤਾਂ ਉਹਨਾਂ ਸਾਰਿਆਂ ਨੇ ਹੁੰਗਾਰਾ ਵੀ ਉਹਨੇ ਉਨਾ ਹੀ ਪਿਆਰ ਮਿਲਿਆ ਭਾਅ ਜੀ ਅਤੇ ਇਹ ਕੋਈ ਫਾਰਮੂਲਾ ਨਹੀਂ ਇਹ ਜੇ ਕੋਈ ਕੋਈ ਬਹੁਤ ਵੱਡਾ ਆਰਟਿਸਟ ਇਹ ਕਹਿ ਦੇ ਵੀ ਮੇਰੇ ਕੋਲ ਫਾਰਮੂਲਾ ਸਕਸੈਸ ਦਾ ਉਹ ਕਿਸੇ ਕੋਲ ਨਹੀਂ ਹਾਂਜੀ ਹਾਂਜੀ
ਸਰ ਜੀ ਐਜ਼ ਏ ਪ੍ਰੋਡਿਊਸਰ ਦੱਸਾਂ ਵੀ ਇਹ ਵੀ ਜਿਹੜਾ ਬਿਜ਼ਨਸ ਇਹਨੂੰ ਐਜ਼ ਆਪਾਂ ਬਿਜ਼ਨਸ ਵੀ ਲਈਏ ਕਾਫੀ ਟ੍ਰਿਕੀ ਆ ਜੇ ਦੇਣ 'ਤੇ ਆਏ ਤਾਂ ਤੁਹਾਨੂੰ ਬਹੁਤ ਕੁਛ ਵੀ ਦੇ ਜਾਂਦਾ ਜੇ ਲੈਣ 'ਤੇ ਆਵੇ ਤਾਂ ਮੈਂ ਕਹਿੰਦਾ 10 ਰੁਪਏ ਵੀ ਨਹੀਂ ਦਿੰਦਾ ਕੋਈ ਵੀ ਟਰੈਕ ਹੋਊਗਾ ਫਿਰ ਉਹਦਾ ਮਾਇੰਡ ਸੈੱਟ ਕਿਸ ਹਿਸਾਬ ਦੇ ਨਾਲ ਐਗਜ਼ਾਮਿਨ ਕਰਦੇ ਹੋ ਤੁਸੀਂ ਜਾਂ ਇੱਕ ਇਹ ਹੁੰਦਾ ਵੀ ਯਾਰ ਜਿੱਦਾਂ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਵੀ ਹਾਂ ਯਾਰ ਮੇਰਾ ਦਿਲ ਆ ਜਿੱਦਾਂ ਤੁਸੀਂ ਕਹਾਂ ਵੀ 1998 ਲੱਗਾ ਵੀ ਕਰ ਲਓ ਹਾਂਜੀ ਭਾਅ ਜੀ ਬੇਸਿਕਲੀ ਦੇਖੋ ਮੈਂ ਤਾਂ ਨਾ ਤਾਂ ਮੈਂ ਇਮੀਗ੍ਰੇਸ਼ਨ ਦਾ ਬਿਜ਼ਨਸ ਪੈਸੇ ਲਈ ਕਰ ਰਿਹਾ ਨਾ ਮੈਂ ਇਹ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਹ ਸੋਚ ਕੇ ਆਇਆ ਕਿ ਮੈਂ ਇੱਕ ਗਾਣਾ ਹਿੱਟ ਕਰਨਾ ਅਤੇ ਕਰੋੜਾ ਕਮਾ ਲੈਣੇ ਨੇ ਮੈਨੂੰ ਦੱਸਿਆ ਮੇਰਾ ਪੈਸ਼ਨ ਆ ਮੈਂ ਖੁਦ ਐਜ਼ ਅ ਮਾਡਲ ਕੰਮ ਕਰਦਾ ਸੀ ਫਿਰ ਅੱਜ ਵੀ ਮੈਂ ਐਜ਼ ਅ ਐਕਟਰ ਵੀ ਇੱਕ ਸ਼ਾਰਟ ਮੂਵੀ ਕੀਤੀ ਆ ਜੀ ਅਸੀਂ ਉਹਦੇ ਵਿੱਚ ਹੁਣ ਇੱਕ ਵੈਬ ਸੀਰੀਜ਼ ਕੀਤੀ ਆ ਜੀ ਵੈਬ ਸੀਰੀਜ਼ ਕਰ ਰਹੇ ਹਾਂ ਉਹਨਾਂ ਵਾਲੇ 2-3 ਸੌਂਗਸ ਹੋਰ ਵਧੀਆ ਕਰ ਰਹੇ ਹਾਂ ਸੋ ਇਹ ਪੈਸ਼ਨ ਹੈ ਜੀ ਇਹਨੂੰ ਮਤਲਬ ਪੈਸਾ ਇੱਕ ਅਲੱਗ ਚੀਜ਼ ਹੋ ਜਾਂਦੀ ਆ ਪੈਸ਼ਨ ਇੱਕ ਅਲੱਗ ਚੀਜ਼ ਹੋ ਜਾਂਦੀ ਆ ਮੈਂ ਹਰ ਕੰਮ ਨੂੰ ਆਪਣਾ ਪੈਸ਼ਨ ਸਮਝ ਕੇ ਕਰਦਾ ਮਹਾਰਾਜ ਨੇ ਬਰਕਤ ਵੀ ਦਿੱਤੀ ਆ ਉਹਨਾਂ ਸਾਰੇ ਕੰਮਾਂ ਦੇ ਵਿੱਚ ਸੋ ਪ੍ਰੋਡਿਊਸਰ ਲਈ ਬਹੁਤ ਸਹੀ ਪੁੱਛਿਆ ਤੁਸੀਂ ਔਖਾ ਹੋ ਜਾਂਦਾ ਜੀ ਕਿ ਗਾਣਾ ਆਪਾਂ ਕਹਿ ਦਿੰਦੇ ਹਾਂ ਇੱਕ ਗਾਣਾ ਵਾ ਜੀ ਔਰ ਨੋਰਮਲੀ ਕਈ ਵਾਰ ਲੋਕ ਕਹਿ ਦਿੰਦੇ ਆ ਸਵਾਦ ਨਹੀਂ ਆਇਆ ਬਟ ਇੱਕ ਗਾਣੇ ਨੂੰ ਬਣਨ ਦੇ ਲਈ ਸਭ ਤੋਂ ਪਹਿਲਾਂ ਇੱਕ ਲਿਰਿਕਸ ਜਿਹੜੇ ਹੁੰਦੇ ਆ ਜੀ ਉਹ ਇੱਕ ਜਿਹੜਾ ਲਿਰਿਸਿਸਟ ਆ ਗੀਤਕਾਰ ਆ ਉਹਦੇ ਬੱਚੇ ਹੁੰਦੇ ਆ ਉਹ ਆਪਣੇ ਬੱਚਿਆਂ ਵਾਂਗੂ ਉਹਨੂੰ ਗੀਤ ਨੂੰ ਲਿਖਦਾ ਪਾਲਦਾ ਸਾਂਭਦਾ ਜਿਵੇਂ ਇੱਕ ਬੱਚੇ ਵੱਡਾ ਕਰਦੇ ਸੋ ਉਹ ਗੀਤ ਲਿਖਿਆ ਜਾਂਦਾ ਫਿਰ ਗੀਤ ਗਾਇਆ ਜਾਂਦਾ ਫਿਰ ਉਹਦਾ ਮਿਊਜ਼ਿਕ ਨਾਲ ਉਹਦੇ 'ਚ ਜਾਨ ਦਿੱਤੀ ਜਾਂਦੀ ਆ ਫਿਰ ਇੱਕ ਵਧੀਆ ਵੀਡੀਓ ਡਾਇਰੈਕਟਰ ਆਉਂਦਾ ਆ ਉਹ ਵੀਡੀਓ ਬਣਾਉਂਦਾ ਵਧੀਆ ਆਰਟਿਸਟ ਆਉਂਦੇ ਆ ਉਹਦੇ 'ਚ ਪਰਫੋਰਮ ਕਰਦੇ ਆ ਫਿਰ ਜਾ ਕੇ ਉਹ ਰਿਲੀਜ਼ ਹੁੰਦਾ ਹੈ ਜੀ ਗਾਣਾ ਔਰ ਉਸ ਤੋਂ ਬਾਅਦ ਵੀ ਉਹ ਨਾ ਚੱਲੇ ਫਿਰ ਇੱਕ ਪ੍ਰੋਡਿਊਸਰ ਲਈ ਬਹੁਤ ਹੀ ਦਿਲ ਦਿਖਾਉਣ ਵਾਲੀ ਗੱਲ ਹੋ ਜਾਂਦੀ ਹੈ ਪੈਸਾ ਵੀ ਬਹੁਤ ਖਤਮ ਹੋ ਜਾਂਦਾ ਬਟ ਪਰਮਾਤਮਾ ਦੀ ਕਿਰਪਾ ਰਹੀ ਹੈ ਜੀ ਭਾਵੇਂ 3 ਸਾਲ ਬਾਅਦ ਲੀਓ ਨੇ ਕਮਬੈਕ ਕੀਤਾ ਅਸੀਂ ਕੋਈ ਫੇਕ ਵਿਊ ਨਹੀਂ ਜੀ ਪਾਏ ਕਿ ਗਾਣਾ 10 ਜਾਂ 15-20 ਮਿਲੀਅਨ ਤੋਂ ਕਿਉਂਕਿ ਲੀਓ ਭਾਅ ਜੀ ਨੇ ਪਹਿਲਾਂ ਹੀ ਕਿਹਾ ਸੀ ਕਿ ਆਪਾਂ ਲੋਕਾਂ ਵਾਂਗ ਨਹੀਂ ਕਰਨਾ ਵੀ ਆਪਾਂ ਦਿਖਾਉਣਾ ਨਹੀਂ ਵੀ ਅਸੀਂ ਬਹੁਤ ਵੱਡੇ ਹਾਂ ਅਸੀਂ ਪਿਆਰ ਲੈਣਾ ਲੋਕਾਂ ਦਾ ਨਾ ਕਿ 20 ਮਿਲੀਅਨ ਜਾਂ 10 ਮਿਲੀਅਨ ਪਹਿਲੇ ਦਿਨ ਤੋਂ ਗਾਣਾ ਸ਼ੁਰੂ ਕਰੀਏ ਬਟ 10-11 ਲੱਖ ਅੱਜ ਦੂਜਾ ਦਿਨ ਆ ਜੀ 11 ਲੱਖ ਤੱਕ ਗਾਣਾ ਪਹੁੰਚਿਆ ਲੋਕਾਂ ਨੇ ਸੁਣ ਕੇ ਕਮੈਂਟ ਕਰਕੇ ਹਨੀ ਭਾਅ ਜੀ ਨੇ ਵੀ ਗਾਣਾ ਸ਼ੇਅਰ ਕੀਤਾ ਸੋ ਬਹੁਤ ਸਾਰੇ ਹੋਰ ਇੰਡਸਟਰੀ ਦੇ ਜਿਹੜੇ ਆਰਟਿਸਟ ਨੇ ਗਾਣੇ ਨੂੰ ਸ਼ੇਅਰ ਕਰ ਰਹੇ ਨੇ ਪਿਆਰ ਕਰ ਰਹੇ ਨੇ ਸੋ ਕਿਰਪਾ ਜੀ ਪਰਮਾਤਮਾ ਦੀ ਕਿ ਲੀਓ ਭਾਅ ਜੀ ਆਏ ਇਹਨਾਂ ਨੇ ਗਾਣਾ ਕੀਤਾ ਔਰ ਲੋਕਾਂ ਨੇ ਇਹਨਾਂ ਨੂੰ ਫਿਰ ਤੋਂ ਹੱਥਾਂ ਚੱਕ ਲਿਆ ਵਾਪਸ ਲੀਓ ਭਾਅ ਜੀ ਤੋਂ ਗਾਣਾ ਸੁਣ ਲਈਏ ਕਿ ਪ੍ਰੋਡਿਊਸਰ ਸਾਹਿਬ ਸੁਣਾਉਣਗੇ ਹਾਂ ਨਹੀਂ ਗਾਣਾ ਲੀਓ ਭਾਅ ਜੀ ਤੋਂ ਸੁਣੋ ਜੀ ਇਹਨਾਂ ਦਾ ਕੰਮ ਆ ਹਾਂਜੀ ਹਾਂਜੀ ਪਰ ਗਾਣੇ ਤੋਂ ਪਹਿਲਾਂ ਤੁਹਾਨੂੰ ਥੋੜ੍ਹੀ ਜਿਹੀ ਇਹ ਗੱਲ ਜ਼ਰੂਰ ਕਹੂੰਗਾ ਜਿਵੇਂ ਤੁਸੀਂ ਭਾਅ ਜੀ ਨਾਲ ਗੱਲ ਕਰ ਰਹੇ ਸੀ ਵੀ ਐਜ਼ ਅ ਪ੍ਰੋਡਿਊਸਰ ਜਾਂ ਐਜ਼ ਐਨ ਆਰਟਿਸਟ ਬੰਦਾ ਸੋਚਦਾ ਭਾਅ ਜੀ ਇੱਕ ਇੱਕ ਚੀਜ਼ ਬੜੀ ਜ਼ਰੂਰੀ ਹੁੰਦੀ ਆ ਜਦੋਂ ਆਪਾਂ ਕੋਈ ਵੀ ਕਿਰਤ ਕਰਦੇ ਹਾਂ ਜਿਵੇਂ ਤੁਸੀਂ ਆਪਦੀ ਐਂਕਰਿੰਗ ਕਰ ਰਹੇ ਹੋ ਜਾਂ ਭਾਅ ਜੀ ਆਪਣੇ ਜਿੰਨੇ ਵੀ ਇਹਨਾਂ ਦੇ ਬਿਜ਼ਨਸ ਕਰਦੇ ਆ ਇਹ ਤਾਂ ਜਾਂ ਮੈਂ ਲਿਖਦਾ ਆਪਾਂ ਕਦੇ ਵੀ ਕਿਸੇ ਵੀ ਚੀਜ਼ ਨੂੰ ਜੇ ਆਪਾਂ ਪੈਸ਼ਨੇਟ ਹੋ ਕੇ ਨਹੀਂ ਨਾ ਕਰਾਂਗੇ ਭਾਅ ਜੀ ਸਭ ਤੋਂ ਪਹਿਲਾ ਸਵਾਲ ਆ ਵੀ ਤੁਸੀਂ ਕਰ ਕਿਉਂ ਰਹੇ ਹੋ ਕਿਉਂ ਉਹ ਕਿਉਂ ਕਿੱਥੋਂ ਆਈ ਜੇ ਤੁਸੀਂ ਅੱਜ ਐਂਕਰਿੰਗ ਕਰ ਰਹੇ ਹੋ ਤੁਹਾਡੇ 'ਚੋਂ ਕਿਉਂ ਕਿਉਂ ਆਈ ਜੇ ਮੈਂ ਲਿਰਿਕਸਿਸਟ ਹਾਂ ਜਾਂ ਜੇ ਮੈਂ ਗੀਤਕਾਰੀ ਕਰ ਰਿਹਾ ਮੇਰੇ 'ਚੋਂ ਕਿਉਂ ਕਿੱਥੋਂ ਆਈ ਉਹ ਕਿਉਂ ਆ ਉਹ ਰੀਜ਼ਨ ਨੂੰ ਫਿਲ ਕਰਨ ਲਈ ਜਦੋਂ ਆਪਾਂ ਕੰਮ ਕਰਦੇ ਹਾਂ ਉਦੋਂ ਬਾਅਦ ਭਾਅ ਜੀ ਜਦੋਂ ਆਪਾਂ ਉਹ ਕੰਮ ਨੂੰ ਵਧੀਆ ਕਰਦੇ ਹਾਂ ਕਿਉਂਕਿ ਆਪਾਂ ਜੇ ਉਹਦੇ 'ਤੇ ਫੋਕਸ ਕਰਕੇ ਕਰਾਂਗੇ ਰੱਬ ਅੱਜ ਨਹੀਂ ਕੱਲ੍ਹ ਨਹੀਂ ਤੁਹਾਡਾ ਕੰਮ ਨੂੰ ਉਹਨੂੰ ਹੋਰ ਸ਼ਿੰਗਾਰੂਗਾ ਤੁਹਾਡੇ ਟੈਲੈਂਟ ਨੂੰ ਫਿਰ ਉਹਦਾ ਬਾਇ ਪ੍ਰੋਡਕਟ ਹੁੰਦਾ ਜਿਹੜਾ ਤੁਹਾਨੂੰ ਬਿਜ਼ਨਸ ਵਧੀਆ ਕਰਕੇ ਦਿੰਦੀ ਹੈ ਉਹ ਚੀਜ਼ ਅਤੇ ਉੱਥੇ ਵੀ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਸੀ ਅਤੇ ਦੂਜਾ ਭਾਅ ਜੀ ਦਾ ਵੀ ਇਹਨਾਂ ਦਾ ਵੀ ਬਹੁਤ ਬੜੱਪਣ ਆ ਵੀ ਇਹਨਾਂ ਨੇ ਆਪਦਾ ਇੰਨੀ ਫੇਥ ਦਿਖਾਈ ਮੇਰੇ ਗਾਣੇ 'ਚ ਫੇਥ ਦਿਖਾਈ ਭਾਅ ਜੀ ਨੇ ਮੇਰੇ ਪ੍ਰੋਜੈਕਟ 'ਚ ਫੇਥ ਦਿਖਾਈ ਅਤੇ ਓਨੀ ਹੀ ਇਹਨਾਂ ਨੇ ਮਿਹਨਤ ਲਾ ਕੇ ਵੀ ਸਾਨੂੰ ਕਿਸੇ ਚੀਜ਼ ਤੋਂ ਪਿੱਛੇ ਐ ਨਹੀਂ ਹੋਣ ਦਿੱਤਾ ਵੀ ਜਿੱਥੇ ਜੋ ਅਸੀਂ ਚੀਜ਼ ਭਾਅ ਜੀ ਨੂੰ ਕਹੀ ਵੀ ਸਾਨੂੰ ਭਾਅ ਜੀ ਇਸ ਚੀਜ਼ ਦੀ ਪ੍ਰੋਡਕਸ਼ਨ ਜਿਹਦੀ ਲੋੜ ਆ ਇਹਨਾਂ ਨੇ ਪੂਰਾ ਨਾਲ ਵੀਡੀਓ 'ਚ ਨਜ਼ਰ ਆਉਂਦੀ ਹੋ ਜੀ ਹਾਂਜੀ ਹਾਂਜੀ ਅਤੇ ਨਾਲ ਖੜ੍ਹੇ ਆ ਅਤੇ ਬਾਕੀ ਬਾਬਿਆਂ ਨੇ ਫਿਰ ਦੇਖੋ ਕਿਰਪਾ ਕਰਕੇ ਦਿਖਾਤੀ ਉਸ ਚੀਜ਼ ਦੀ ਤੁਸੀਂ ਗਾਣੇ ਵਾਲੀ ਕਿਰਪਾ ਜ਼ਰੂਰ ਕਰਦੇ ਹਾਂ ਹੋ ਗੁੱਚੀ ਵਾਲੇ ਸੱਪਾਂ ਨੂੰ ਪਟਾਰੀ ਜੱਟ ਪਾਉਂਦਾ ਬਿੱਲੋ ਉੜੇ ਅਸਮਾਨੀ ਜਿਹੜਾ ਹੱਥ ਫੜ ਲਾਉਂਦਾ ਬਿੱਲੋ ਗੱਭਰੂ ਦੇ ਥੱਲੇ ਕਾਲੀ ਬੈਂਜ ਫਿਰੇ ਭੂਸਰੀ ਨੀ 2.5 ਘੰਟੇ ਹਾਂ ਚ ਚੰਡੀਗੜ੍ਹੋਂ ਦਿੱਲੀ ਲਾਉਂਦਾ ਬਿੱਲੋ ਅਤੇ ਭਾਅ ਜੀ ਜਿਹੜਾ ਲਿਖਿਆ ਵੀ ਤੁਸੀਂ ਖੁਦ ਆ ਇਹ ਸੌਂਗ ਫਿਰ ਜਦੋਂ ਆਪਾਂ ਇੱਕ ਕਮਬੈਕ ਕਰਨਾ ਹੁੰਦਾ ਨਾ ਆਪਾਂ ਨੂੰ ਕਮਬੈਕ ਸੌਂਗ ਚਾਹੀਦਾ ਹੁੰਦਾ ਫਿਰ ਉਹ ਕਿੱਡੀ ਕੁ ਕਸ਼ਮਕਸ਼ ਅੱਖਰ ਪਤਾ ਨਹੀਂ ਮੈਂ ਸਹੀ ਬੋਲਿਆ ਕਿ ਨਹੀਂ ਬੋਲਿਆ ਕਸ਼ਮਕਸ਼ ਜਿੱਦਾਂ ਕੁਛ ਹੋਰ ਸੋਚ ਲੈਂਦੇ ਵੀ ਕਿੱਡੀ ਕੁ ਜੋ ਸੀਗਾ ਵੀ ਆਹ ਕਰੀਏ ਜਾਂ ਆਹ ਕਰੀਏ ਦੁਵਿਧਾ ਕਹਿ ਸਕਦੇ ਹਾਂ ਆਪਾਂ ਨਹੀਂ ਭਾਅ ਜੀ ਮੈਂ ਉਸ ਪ੍ਰੈਸ਼ਰ 'ਚ ਨਹੀਂ ਕਦੇ ਵੀ ਰਹਿੰਦਾ ਮੈਂ ਸੋਚਦਾ ਵੀ ਆਪਣਾ ਜਿਹੜੀ ਵੀ ਚੀਜ਼ ਨੂੰ ਦੇ ਰਹੇ ਉਹਨੂੰ 100% ਦਿਓ ਜੇ ਤੁਸੀਂ ਕਿਸੇ ਪੁਰਾਣੇ ਪ੍ਰੈਸ਼ਰ ਦੇ ਥੱਲੇ ਰਹੋ ਜੇ ਸਪੋਜ਼ ਕਰੋ ਜੇ ਭਾਅ ਜੀ ਮੇਰੇ 'ਤੇ ਪ੍ਰੈਸ਼ਰ ਪਾਉਂਦੇ ਬ੍ਰੇਕਅਪ ਪਾਰਟੀ ਵੱਡਾ ਫਿਰ ਆਪਾਂ ਕਦੇ ਆਰਟ ਕਰ ਹੀ ਨਹੀਂ ਸਕਦੇ ਭਾਅ ਜੀ ਆਰਟ ਹੁੰਦੀ ਹੈ ਤੁਹਾਡੀ ਰੂਹਦਾਰੀ ਨਾਲ ਜੇ ਮੈਂ ਸਪੋਜ਼ ਕਰੋ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ ਮੈਂ ਕੋਈ ਵੀ ਗਾਣਾ ਲਿਖਦਾ ਜੇ ਮੈਨੂੰ ਪਹਿਲੀਆਂ 2 ਲਾਈਨਾਂ ਮੇਰਾ ਹੀ ਨਹੀਂ ਹੈ ਸਿਰ ਝੂਮ ਰਿਹਾ ਮੈਨੂੰ ਹੀ ਨਹੀਂ ਸਵਾਦ ਆ ਰਿਹਾ ਮੈਂ ਉਹ ਫਿਰ ਬਿਨ ਕਰ ਦੇਣਾ ਉਹਨੂੰ ਮੈਂ ਫਿਰ ਅਗਲੇ 'ਤੇ ਕੰਮ ਕਰਨਾ ਕਲੀਅਰ ਸੀਗਾ ਵੀ ਆਹੀ ਸੌਂਗ ਕਲੀਅਰ ਸੀਗੇ ਫਿਰ ਨਹੀਂ ਸੀਗੀ ਵੀ ਆਹ ਕਰ ਲੈਂਦੇ ਜਾਂ ਕਰ ਲੈਂਦੇ ਨਹੀਂ ਅਸੀਂ ਕਲੀਅਰ ਸੀਗੇ
ਤੁਹਾਨੂੰ ਕੀ ਲੱਗਦਾ ਵੀ ਕਿਹੜੀ ਚੀਜ਼ ਹੁੰਦੀ ਆ ਇਨਸਾਨ ਦੇ ਅੰਦਰ ਜਿਹੜੀ ਉਹ ਇਹਨੂੰ ਕਦੇ ਅੰਦਰੋਂ ਮੁੱਕਣ ਨਹੀਂ ਦਿੰਦੇ? ਭਾਜੀ ਇਹ ਜਿਹੜਾ ਆਰਟਿਸਟਿਕ ਜਾਂ ਲੈ ਲਓ ਜਾਂ ਜਿਹੜਾ ਇਹ ਮਿਊਜ਼ਿਕ ਆ, ਇਹ ਨਾ ਪਲਾਸਟਿਕ ਦਾ ਕੀੜਾ ਹੁੰਦਾ, ਇਹ ਜਿਹਦੇ ਅੰਦਰ ਚਲੇ ਜਾਂਦਾ ਨਾ ਇਹ ਮਰਦਾ ਨਹੀਂ, ਪੂਰੀ ਜ਼ਿੰਦਗੀ ਨਹੀਂ ਮਰਦਾ, ਬੰਦਾ ਮਰ ਜਾਂਦਾ, ਬਟ ਇਹ ਕੀੜਾ ਨਹੀਂ ਉਹਦੇ ਅੰਦਰ ਮਰਦਾ। ਸੋ ਰੱਬ ਨਾ ਹੀ ਪਾਵੇ ਜ਼ਿਆਦਾ ਲੋਕਾਂ ਦੇ ਕੀੜਾ, ਕਿਉਂਕਿ ਇਹ ਨਾ ਘਰ ਬਾਹਰ ਵਿਕਵਾ ਦਿੰਦਾ ਇਹ ਜਿਹੜਾ ਪਲਾਸਟਿਕ ਦਾ ਕੀੜਾ ਆ। ਸੋ ਇਹ ਬੜੇ ਸੀਗਾ, ਹੁਣ ਮੇਰੇ ਆ ਗਿਆ ਅੰਦਰ, ਹੁਣ ਕੁਛ ਕਰ ਨਹੀਂ ਸਕਦੇ ਸੀ, ਬਟ ਉਹ ਪੈਸ਼ਨ ਇਹ ਕਦੇ ਵੀ ਜਿਹੜਾ ਬੰਦਾ ਜਦੋਂ ਵੀ ਇੱਕ ਵੀ ਉਹਦਾ ਕੁਛ ਵੀ ਕਿਸੇ ਵੀ ਤਰ੍ਹਾਂ ਨਾਲ ਮਿਊਜ਼ਿਕ ਨਾਲ ਉਹ ਜੁੜ ਗਿਆ, ਉਹ ਪੂਰੀ ਜ਼ਿੰਦਗੀ ਇਹਦੇ ਨਾਲ ਜੁੜਿਆ ਰਹੂਗਾ, ਇਹ 'ਚੋਂ ਨਿਕਲ ਨਹੀਂ ਸਕਦਾ ਜੀ ਉਹ। ਹਾਂਜੀ। ਅਤੇ ਭਾਜੀ ਜਦੋਂ ਬ੍ਰੇਕਅਪ ਪਾਰਟੀ ਸੌਂਗ ਲਿਖਿਆ ਸੀ ਉਹ ਆਇਆ ਸੀ, ਉਹ ਮਤਲਬ ਪਰਸਨਲ ਆਇਆ ਸੀਗਾ ਜਾਂ ਓਬਜ਼ਰਵੇਸ਼ਨ ਆਈ ਸੀ? ਪਰ ਜੀ ਓਬਵੀਅਸਲੀ ਪਰਸਨਲ ਐਕਸਪੀਰੀਅੰਸ ਹੀ ਹੁੰਦੇ ਆ ਬੰਦੇ ਦੇ, ਅਤੇ ਆਰਟਿਸਟ ਲਿਖਦਾ ਹੀ ਭਾਜੀ ਉਵੇਂ ਆਪਾਂ ਚੀਜ਼ਾਂ ਬਹੁਤ ਜ਼ਿਆਦਾ ਫੇਕ ਨਹੀਂ ਕਰ ਸਕਦੇ, ਹਾਂ ਇਮੈਜਨਰੀ ਕਰ ਸਕਦੇ ਹਾਂ, ਪਰ ਜਦੋਂ ਆਪਾਂ ਫੇਕ ਕਰਦੇ ਹਾਂ ਫਿਰ ਪਤਾ ਚੱਲ ਜਾਂਦਾ, ਕਿਉਂਕਿ ਜਿਹੜਾ ਕੈਮਰਾ ਜਾਂ ਆਰਟ ਆਪਣਾ ਜਿਹੜੇ ਆਪਾਂ ਨੂੰ ਸੁਣਦੇ ਆ ਉਹਨਾਂ ਦੇ ਕੰਨ ਨੇ ਉਹ ਬੜੀ ਛੇਤੀ ਚੋਰੀ ਫੜ ਲੈਂਦੇ ਆ, ਅਤੇ ਤਾਂ ਕਰਕੇ ਵੀ ਆਪਾਂ ਨੂੰ ਰੀਅਲਿਜ਼ਮ ਹੀ ਜ਼ਿਆਦਾ ਚੱਲਦੀ ਹੈ ਭਾਜੀ। ਅਤੇ ਜੋ ਹਨੀ ਸਿੰਘ ਦੇ ਨਾਲ ਐਕਸਪੀਰੀਅੰਸ, ਕਿਉਂਕਿ ਜਦੋਂ ਉਹ ਸੌਂਗ ਆਇਆ ਬਹੁਤ ਪੀਕ 'ਤੇ ਸੀ, ਹਨੀ ਸਿੰਘ ਦਾ ਨਾਮ ਹੀ ਜੇ ਆਪਾਂ ਗੱਲ ਕਰੀਏ, ਅੱਜ ਵੀ ਨੋ ਡਾਊਟ ਆ, ਅੱਜ ਵੀ ਉਹਨਾਂ ਦਾ ਡਿਜ਼ਾਈਨਰ ਸੌਂਗ 3-4 ਦਿਨ ਪਹਿਲਾਂ ਆਇਆ, ਉਹ ਵੀ ਟ੍ਰੈਂਡਿੰਗ ਚੱਲ ਰਿਹਾ, ਅਤੇ ਉਹਨਾਂ ਨਾਲ ਕੋਲੈਬੋਰੇਟ ਕਿਵੇਂ ਹੋਈ ਸੀਗੀ? ਭਾਅ ਜੀ ਮੈਂ ਐਕਚੁਅਲ 'ਚ ਪਹਿਲਾਂ ਮੈਂ ਸੋਚਿਆ ਹੀ ਨਹੀਂ ਸੀ ਮੈਂ ਗਾਉਣ ਦੀ ਫੀਲਡ 'ਚ ਆਉਣਾ ਕਦੇ, ਮਤਲਬ ਮੇਰਾ ਫੋਕਸ ਨਹੀਂ ਸੀਗਾ ਇਸ ਪਾਸੇ, ਮੈਂ ਲਿਖਦਾ ਜ਼ਰੂਰ ਸੀ ਕਾਗਜ਼ 'ਤੇ, ਚਿੱਟਾ ਝੁੱਟਾ ਜੀਆਂ ਮਾਰ ਲੈਂਦੇ ਸੀਗੇ, ਬਸ ਫਿਰ ਕਿਸੇ ਕੋਮਨ ਫਰੈਂਡਸ ਦੇ ਥਰੂ ਭਾਅ ਜੀ ਨਾਲ ਮਿਲੇ, ਉਦੋਂ ਮੈਂ ਉਹਨਾਂ ਨੂੰ ਗਾਣੇ ਸੁਣਾਏ ਕਾਫੀ, ਅਤੇ ਉਹ ਉਹਨਾਂ ਨੂੰ ਇਹ ਪਸੰਦ ਆਇਆ, ਅਤੇ ਫਿਰ ਭਾਅ ਜੀ ਕਹਿੰਦੇ ਗਾਣਾ ਕਰਦੇ ਹਾਂ, ਬਾਕੀ ਹਿਸਟਰੀ ਆ ਭਾਅ ਜੀ। ਬਿਲਕੁਲ ਹਿਸਟਰੀ, ਅੱਜ ਵੀ ਦੇਖੋ ਜੇ ਤੁਸੀਂ ਉਹ ਗਾਣਾ ਜਿਹੜੇ ਵੀ ਕੰਪਨੀ 'ਤੇ ਰਿਲੀਜ਼ ਹੋਇਆ ਡੇਲੀ ਉਹਦੇ ਵਿਊਜ਼ ਆਉਂਦੇ ਹੋਣਗੇ ਕੁਛ ਨਾ ਕੁਛ, ਇਹ ਉਹ ਇੱਦਾਂ ਦਾ ਦਿਨ ਮੈਨੂੰ ਨਹੀਂ ਲੱਗਦਾ ਜਦ ਰਿਲੀਜ਼ ਹੋਏ ਚੜ੍ਹੇ, ਭਾਵੇਂ ਉਹ 5 ਆਉਣ ਭਾਵੇਂ 10 ਆਉਣ, ਉਸ ਗਾਣੇ ਦੇ ਵਿਊ ਵੱਧ ਹੀ ਵੱਧ ਆ। ਹਾਂਜੀ ਬਿਲਕੁਲ 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 ਭਾਅ ਜੀ। ਸਰ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਕਰ ਰਹੇ ਹੋ? ਸਟਾਰ ਕ੍ਰਿਊ ਪੰਜਾਬੀ ਆ ਜੀ, ਜਿਹਦੇ ਵਿੱਚ ਅਸੀਂ ਬਹੁਤ ਸਾਰੇ ਪੰਜਾਬੀ ਸੌਂਗਸ ਕੀਤੇ ਨੇ, ਜਿੱਦਾਂ ਪ੍ਰੀਤ ਹਰਪਾਲ ਦਾ ਕੀਤਾ ਅਤੇ ਲੀਓ ਭਾਅ ਜੀ ਦਾ, ਇਸ ਤੋਂ ਇਲਾਵਾ 10-12 ਹੋਰ ਸੌਂਗ ਨੇ ਜਿਨ੍ਹਾਂ 'ਚ ਨਾ ਅਸੀਂ ਨਵੇਂ ਟੈਲੈਂਟ ਨੂੰ ਮੌਕਾ ਦਿੱਤਾ ਜੀ। ਮੇਰਾ ਹਮੇਸ਼ਾ ਇਹ ਰਹਿੰਦਾ ਕਿ ਜਿਹੜੇ ਨਵੇਂ ਟੈਲੈਂਟ ਨੇ, ਜਿਹੜੇ ਜਿੱਦਾਂ ਇਹ ਤਾਂ ਹੁਣ ਬਹੁਤ ਵੱਡੇ ਨਾਮ ਨੇ, ਇਹਨਾਂ ਦੇ ਨਾਲ ਨਾਲ ਉਹਨਾਂ ਲੋਕਾਂ ਨੂੰ ਵੀ ਲਿਆਂਦਾ ਜਾਵੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕੋਈ ਪੁੱਛ ਨਹੀਂ ਰਿਹਾ ਜਾਂ ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ। ਇਸ ਤੋਂ ਇਲਾਵਾ ਜੀ ਸਟਾਰ ਕ੍ਰਿਊ ਤਾਕੜਜ਼ ਆ, ਜਿਹਦੇ ਵਿੱਚ ਬਹੁਤ ਸੋਹਣੇ ਸੋਹਣੇ ਹਰਿਆਣਵੀ ਗਾਣੇ ਨੇ ਸਾਡੇ। ਸਟਾਰ ਕ੍ਰਿਊ ਕੀਰਤਨ ਆ, ਜਿਹਦੇ 'ਚ ਬਹੁਤ ਸੋਹਣੇ ਸ਼ਬਦ ਨੇ ਜੀ, 5 ਬਾਣੀਆਂ ਦਾ, ਗੁਰਬਾਣੀ ਪਾਠ ਸਾਰਾ ਆ। ਅਤੇ ਇੱਕ ਸਾਡਾ ਸਟਾਰ ਕ੍ਰਿਊ ਮੋਸ਼ਨ ਪਿਕਚਰਜ਼ ਆ ਜੀ, ਜਿਹਦੇ ਵਿੱਚ ਅਸੀਂ ਵੈੱਬ ਸੀਰੀਜ਼ ਕੀਤੀ ਆ, ਸ਼ਾਰਟ ਮੂਵੀਜ਼ ਕੀਤੀਆਂ, ਹੋਰ ਕੁਛ ਵੈੱਬ ਸੀਰੀਜ਼ ਕਰ ਰਹੇ ਹਾਂ। ਪੰਜਾਬੀ ਦੇ ਵਿੱਚ ਲੀਓ ਭਾਅ ਜੀ ਨਾਲ ਹੋਰ ਕਾਫੀ ਸਾਰੇ ਨਵੇਂ ਪ੍ਰੋਜੈਕਟਸ ਆ ਰਹੇ ਨੇ ਭਾਅ ਜੀ, ਔਨ ਇੱਕ ਪੂਰੀ ਐਲਬਮ ਦੇ ਉੱਪਰ ਕੰਮ ਕਰ ਰਹੇ ਨੇ। ਉਮੀਦ ਹੈ ਜੀ ਹੋਰ ਬਹੁਤ ਸਾਰੇ ਜਿਹੜੇ ਸੌਂਗ ਨੇ ਅਸੀਂ ਇਕੱਠੇ ਕਰਾਂਗੇ। ਬਾਕੀ ਸਾਡੇ ਆਪਣੇ ਵੀ ਸਿੰਗਰ ਨੇ ਜੀ, ਸਾਡਾ ਦਾਣਾ ਪਾਣੀ ਇੱਕ ਗਾਣਾ ਆਉਣ ਲੱਗਿਆ ਜੀ, ਉਹ ਬਹੁਤ ਵਧੀਆ, ਹੋਰ ਕਾਫੀ ਅਸੀਂ ਵਧੀਆ ਵਧੀਆ ਪ੍ਰੋਜੈਕਟ ਕਰ ਰਹੇ ਹਾਂ ਜੀ। ਸੋ ਦਰਸ਼ਕਾਂ ਨੂੰ ਬੇਨਤੀ ਹੈ ਕਿ ਸਟਾਰ ਕ੍ਰਿਊ ਪੰਜਾਬੀ ਸਬਸਕ੍ਰਾਈਬ ਕਰਿਓ, ਅਤੇ ਬਹੁਤ ਸੋਹਣੇ ਸੋਹਣੇ ਗਾਣੇ ਸੁਣਨ ਨੂੰ ਮਿਲਣਗੇ ਤੁਹਾਨੂੰ। ਅਤੇ ਭਾਅ ਜੀ ਲਾਸਟ ਕੁਐਸਚਨ ਇਹ ਬਣਦਾ ਵੀ ਜਿਹੜਾ ਲੀ LEO ਲਿਊ, ਇਹ ਜਿਹੜਾ ਰਾਸ਼ੀਫਲ ਵਿੱਚ ਆਉਂਦਾ ਹੁੰਦਾ ਸੀ ਉਹ ਵਾਲਾ? ਬਿਲਕੁਲ ਬਿਲਕੁਲ ਭਾਅ ਜੀ ਉਹੀ ਆ, ਮੇਰੀ ਐਕਚੁਅਲ 'ਚ ਰਾਸ਼ੀ ਲੀਓ ਸੀ, ਅਤੇ ਆਰਟਿਸਟ ਨੇਮ ਜਦੋਂ ਮੈਂ ਸਟਾਰਟ ਕੀਤਾ ਬ੍ਰੇਕਅਪ ਪਾਰਟੀ ਗਾਣੇ ਆਉਣ ਤੋਂ ਪਹਿਲਾਂ, ਉਦੋਂ ਮੈਂ ਸੋਚਿਆ ਮੈਂ ਕਿਹਾ ਈਜ਼ੀ ਹੋਣਾ ਚਾਹੀਦਾ, ਛੋਟਾ ਹੋਣਾ ਚਾਹੀਦਾ, ਅਤੇ ਉਹਨੂੰ ਵੀ ਬਹੁਤ ਪਿਆਰ ਮਿਲਿਆ। ਮੈਂ ਸੋਚਦਾ ਸੀ ਮੈਂ ਕਿ ਵੀ ਲੀਓ ਮੇਰੇ ਦਿਮਾਗ 'ਚ ਆਇਆ, ਜਦੋਂ ਸਾਨੂੰ ਚਲੋ ਰਾਸ਼ੀ ਦਾ ਐਡਰ ਨਹੀਂ ਹੁੰਦਾ ਹਿਸਾਬ ਕਿਤਾਬ, ਪਰ ਕਿਤੇ ਨਾ ਕਿਤੇ ਸਕੋਰਪੀਓ ਲੀਓ ਉਹ ਮੇਰੇ ਦਿਮਾਗ 'ਚ ਚੱਲਦੀ ਸੀ, ਮੈਂ ਕਿਹਾ ਬਾਈ ਕੋਲੋਂ ਇੱਕ ਵਾਰੀ ਕਨਫਰਮ ਜ਼ਰੂਰ ਕਰਾਂਗੇ। ਹਾਂਜੀ 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 ਭਾਅ ਜੀ, ਉਹ ਮੇਰੀ ਰਾਸ਼ੀ ਹੀ ਹੈ ਲੀਓ, ਤਾਂ ਕਰਕੇ ਮੈਂ ਆਪਣੇ ਨਾਮ ਦੇ ਮੂਹਰੇ ਜੋੜਿਆ। ਚਲੋ ਬਹੁਤ ਚੰਗਾ ਲੱਗਾ ਭਾਅ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਸਰ, ਬਹੁਤ ਚੰਗਾ ਲੱਗਦਾ ਜਦੋਂ ਤੁਹਾਨੂੰ ਸੁਣਦੇ ਹਾਂ ਦੇਖਦੇ ਹਾਂ, ਅਤੇ ਅੱਛਾ ਲੱਗਦਾ ਸਰ। ਦੇਖੋ ਜ਼ਿੰਦਗੀ ਦੇ ਵਿੱਚ ਪੈਸਾ ਤਾਂ ਹਰ ਕੋਈ ਕਮਾਉਂਦਾ, ਪਰ ਪੈਸੇ ਦੇ ਨਾਲ ਨਾਲ ਜਿਨ੍ਹਾਂ ਦੀ ਇੱਜ਼ਤ ਕਮਾਈ ਆ ਉਹ ਚਿਹਰੇ ਗਿਣੇ ਚੁਣੇ ਆ ਜੀ, ਅਤੇ ਉਹ ਚੀਜ਼ਾਂ ਸ਼ਾਇਦ ਤੁਹਾਡੇ ਹਿੱਸੇ ਆਉਂਦੀਆਂ, ਮਾਲਕ ਇੱਦਾਂ ਹੀ ਚੜ੍ਹਦੀ ਕਲਾ ਰੱਖੇ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਅ ਜੀ। ਅਤੇ ਸੌਂਗ ਰਿਲੀਜ਼ ਹੋ ਚੁੱਕਾ, ਅਤੇ ਬਾਈ ਹੁਣਾਂ ਨੇ ਸਾਨੂੰ ਸੁਣਾ ਵੀ ਦਿੱਤਾ, ਜਿਨ੍ਹਾਂ ਨੇ ਨਹੀਂ ਸੁਣਿਆ ਉਹ ਸਟਾਰ ਕ੍ਰਿਊ ਪੰਜਾਬੀ ਦੇ ਯੂਟਿਊਬ ਚੈਨਲ ਉੱਪਰ ਜਾ ਕੇ ਦੇਖ ਸਕਦੇ ਆ, ਅਤੇ ਕਮੈਂਟਸ ਕਰਕੇ ਜ਼ਰੂਰ ਦੱਸਣਾ, ਪਸੰਦ ਆਇਆ ਤਾਂ ਵੀ ਦੱਸਣਾ, ਨਹੀਂ ਆਇਆ ਤਾਂ ਵੀ ਦੱਸਣਾ, ਕਿਉਂਕਿ ਆਡੀਅੰਸ ਹੀ ਜਜਮੈਂਟ ਕਰਦੀ ਆ, ਫਿਰ ਉਸ ਹਿਸਾਬ ਦੇ ਨਾਲ ਆਰਟਿਸਟ ਕੰਪਨੀਜ਼ ਅੱਗੇ ਤੋਂ ਇੰਪਰੂਵਮੈਂਟ ਕਰਕੇ ਲੈ ਕੇ ਆਉਂਦੇ ਆ। ਓਨੈਸਟ ਰਿਵਿਊਜ਼ ਜ਼ਰੂਰ ਦੇਣਾ, ਜਿਹੜੇ ਸਾਡੇ ਚੈਨਲ ਦੇ ਨਾਲ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।